ਦੂਜਾ ਰੇਵਾਲ ਯੂਸਫ ਭਾਈ ਉਹ ਦੂਜਾ ਰੇਵਾਲ ਮੇਰਾ ਆਪਣਾ ਅੰਦਾ ਪਏ ਸਹੀ ਹੈ ਉਹ ਡੇਗ ਗੇਨ ਮੈਂ ਦੇਖ ਸਾਰੇ ਮੁੰਦਰਾ ਹੀ ਟਾਈਮ ਅਲਹਮਦੁਲਿਲਾ ਤਕਰੀਬਨ 100 ਕਿਲੋ 150 ਮੁੰਦਰਾ ਮੌਜੂਦ ਖੜੇ ਸਹੀ ਹਰ ਫਿਰ ਆਦਨ ਮੁੰਦਰਾ ਮੁੰਦਰਾ ਨਹੀਂ ਬਣਿਆ ਤੂੰ ਕਾਫੀ ਲੋਕ ਆਦਨ ਤਾਂ ਮੈਂ ਸਹੀ ਕਰੇ ਨਹੀਂ ਥੰਦ ਮੁੰਦਰਾ ਕਿਵੇਂ ਨਹੀਂ ਬਣਿਆ ਮੁੰਦਰਾ ਅਸਲ ਮੁੰਦਰਾ ਪਿਓਰ ਗਿਨੋ ਰਾਬਤਾ ਕਰੋ ਸਾਰੇ ਨਾਲ ਹਰ ਬੰਦਾ ਆ ਰਿਹਾ ਮੁੰਦਰਾ ਨਹੀਂ ਬਣਿਆ ਜਿਹੜੀ ਖੁਰਾਕ ਹੀ ਪਹਿਨੇ ਪਿਆ ਇਹਨਾਂ ਨਾਲ ਮੁੰਦਰਾ ਬਣਦੇ ਟਾਈਟ ਅੱਛਾ ਯਾਰ ਇਹ ਮੱਕੀ ਵਗੈਰਾ ਨਾਲ ਚੰਗਾ ਮੁੰਦਰਾ ਬਣਵੇਂ ਦੇ ਬਣਵੇਂ ਦੇ ਨਸਲੀ ਮੁੰਦਰਾ ਹੋਵੇ ਤਾਂ ਕੁਝ ਲੋਕ ਆਦਨ ਬਦਲ ਨਹੀਂ ਕਰਨ ਦਾ ਸਿਰਫ ਇਹ ਗਿਜ਼ਾ ਨਾਲ ਯਾਰ ਬਦਲ ਨੂੰ ਤੇਰੇ ਸਾਹਮਣੇ ਜਿਹੜੀ ਗਿਜ਼ਾ ਪੈਂਦਾ ਰਹਿੰਦਾ ਮੈਂ ਤਾਂ ਕੁ ਦਿਖਾਲ ਕੇ ਪੈਂਦਾ ਕਿਤਨਾ ਵੱਜੇ ਪੈ ਰਹਿੰਦਾ ਮੁੰਦਰਾ ਕਿਆ ਨਸਲ ਹੈ ਫਰਕ ਹੁੰਦਾ ਕਿਆ ਖੁਰਾਕ ਹਰ ਕਾਟੂ ਖੇਨਾ ਉਹ ਨਹੀਂ ਬਣਦਾ ਕਾਟੂ ਹਰ ਕਾਟੂ ਮੁੰਦਰਾ ਕਹਿ ਨਹੀਂ ਹੁੰਦਾ ਮੁੰਦਰੇ ਨਾਲ ਕਈ ਨਸਲਾਂ ਨੇ ਤਾਂ ਦੇਖ ਲਓ ਜਿਹੜਾ ਬਣਨ ਵਾਲਾ ਈ ਤਫੁੱਲ ਹੈ ਵੀ ਤਿਆਰ ਥੈ ਖੜੇ ਉਹ ਮੁੰਦਰੇ ਉਹਨਾਂ ਦੇ ਅੱਛਾ ਉਹ ਮੁੰਦਰੇ ਦਾ ਇਹ ਜ਼ਿਆਦਾ ਕਿਤਨਾ ਵਜ਼ਨ ਕਰ ਮੈਂ ਫਿਰ ਇਹ ਹਾਂ ਇਹ ਤਕਰੀਬਨ 105 ਕਿਲੋ 106 ਕਿਲੋ 160 ਕਿਲੋ ਤੱਕ ਮੁੰਦਰਾ ਮਾਰ ਕੋਲ ਜਿਹੜੇ ਘੇਨ ਘੇਨ ਵਾਦਨ ਵਾਦਨ ਕਰੇ ਨਾ ਕਮ ਸੇ ਕਮ 100 ਕਿਲੋ ਤੱਕ ਕੀਜਾ ਕਿਦਾ ਹੁੰਦੀ ਹੈ ਜਿਹੜੇ ਆਪ ਦੇ ਦੇ ਪਰ ਉਹਨਾਂ ਕੋ ਮੈਂ ਦੱਸਦਾ ਇਹ ਫਲਾਨੀ ਕਿਦਾ ਦਿੱਤੀ ਕਰੋ ਮੱਕੀ ਦਿੱਤੀ ਕਰੋ ਗੰਦਮ ਪਾਤੀ ਕਰੋ ਬਸ ਸਰ ਇਹ ਕਿਦਾ ਹੋਵੇ ਇਹਦਾ ਟਾਈਮ ਤੇ ਹੋਵੇ ਨਾ ਇਹਦਾ ਟਾਈਮ ਤੇ ਹੋਵੇ ਸਵੇਰ ਸ਼ਾਮ ਹਾਂ ਦੋ ਟਾਈਮ ਕਿਦਾ ਇਹਨੇ ਖੁੱਲਾ ਜਿਤਨਾ ਛੱਡ ਦੇ ਸੋ ਉਤਨਾ ਫਾਇਦਾ ਹੈ ਉਤਨਾ ਜ਼ਿਆਦਾ ਫਾਇਦਾ ਹੈ ਲੇਕਿਨ ਇਹ ਇਹਨੇ ਕੀਮਤ ਬਲੇ ਕਿਆ ਹੋ ਸੀ ਹੋਲੇ ਕਿਤਨਾ ਵੀ ਕਿਤੇ ਫਿਰ ਮੁਖਤਲਫ ਕਦਨ ਪਹਿਲੋ ਜੀ ਹੁਣ ਜਰਾ ਪਹਿਲਾਂ ਇਹ ਟਾਈਮ ਜਗਰ ਜ਼ਿਆਦਾ ਵੱਡਾ ਮੁੰਦਰਾ ਤੇ ਮੈਂ 500 ਕੇਜੀ ਤੇ ਕਿਤਨਾ ਵਜ਼ਨ ਤੇ ਵੇਚਦਾ ਵਜ਼ਨ ਤਾਂ 100 ਕੇਜੀ ਥੀ ਵੇ ਉਹਨਾਂ ਮੁਖਤਲਫ ਰੇਟ ਮੁਖਤਲਫ ਹੁੰਦਾ ਕੋਈ ਭਾਈ ਅੰਦਰ ਕਿਤਲੇ ਦਾ ਹੁਣ ਖਾਲਿਦ ਕਹੀਂ ਭਾਈ ਕੋ ਕਹਿੰਦਾ ਤੁਹਾਡੇ ਕਿਨੇ ਜਿਹੜੇ ਹਾਜ਼ਰ ਹੁੰਦਾ ਭਈਆ ਤੱਕ ਉਹ ਦੱਸੋ ਵੀ ਤੁਹਾਨੂੰ ਮੇਰੇ ਕੋਲ 40 ਕੇਜੀ 50 ਕੇਜੀ ਤੱਕ 40-50 ਕੇਜੀ ਤੱਕ ਲੇਕਿਨ ਅੱਛੀ ਨਸਲ ਵਾਲੇ ਸਾਰੇ ਖੀਰੇ 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 ਬੱਚੇ ਸਾਰੇ ਲੈਂਥ ਅੱਛਾ ਯਾਰ ਤੂੰ ਠੀਕ ਹੈ ਸਾਕੂ ਦੇਖਦਾ ਹਰਦਨ ਸਾਰਾ ਕੁਝ ਲੇਕਿਨ ਇਹਨੇ ਕੀਮਤ ਸੋ ਪ੍ਰਾਈਸ ਦਾ ਪ੍ਰਾਈਸ ਕਿਤਨਾ ਹੈ ਪ੍ਰਾਈਸ ਜਾਇਦ ਹੈ ਦੱਸ ਉਹ ਪ੍ਰਾਈਸ ਦੇ ਸਾਹਿਬ ਆਮਨ ਬਸ ਮਹਿਮਾਨ ਚਾਹੀ ਮੰਨਣ ਅੱਛਾ ਬੱਡੂ ਭਾਈ ਤੂੰ ਮੈਨੂੰ ਇਹ ਦੱਸੋ ਹੁਣ ਇਹਨੇ ਕੋ ਕਿਆ ਸਾਕੂ ਇੰਟਰਵਿਊ ਦੇਣਾ ਹੈ ਕਿਹੜੀ ਚੀਜ਼ ਦੀ ਸਾਕੂ ਇੰਟਰਵਿਊ ਦੇਣਾ ਹੈ ਹੁਣ ਇਹਨੇ ਖੁਰਾਕ ਪੈਂਦੇ ਪਿਆ ਖੁਰਾਕ ਪੈਂਦੇ ਪਿਆ ਹਾਂ ਖੁਰਾਕ ਸ਼ੁਰੂ ਕਰਨੇ ਪਏ ਸਟਾਰਟ ਕਰਨੇ ਪਏ ਸਾਤ ਕੋਲ ਪਹਿਲਾਂ ਖੁਰਲੀ ਨੂੰ ਸਾਫ਼ ਕਰੇ ਸੂ ਤਾਂ ਖੁਰਲੀ ਨੂੰ ਸਾਫ਼ ਇਹ ਸਾਰੀ ਖੁਰਲੀ ਸਾਫ਼ ਕੀ ਜਾਂਦਾ ਸੀ ਖੁਰਲੀ ਕੋਈ ਵਜ੍ਹਾ ਕੋਲ ਸਾਫ਼ ਕਰਨੇ ਆਏ ਇਹਦੇ ਜਾਨਵਰ ਵਾੜ ਵੈਂਦੇ ਅੱਛਾ ਵਿੱਚ ਪਿਸ਼ਾਬ ਕਰਦੇ ਵਿੱਚ ਕਿਸਾ ਵੀ ਇਹ ਨਖਰੇ ਜਾਨਵਰ ਨਹੀਂ ਖਾਂਦੇ ਇਹ ਖੁਰਲੀ ਹੁਣ ਸਾਫ਼ ਕੀ ਗਈ ਹੈ ਸਹੀ ਹੈ ਇਹ ਸਾਰੇ ਇਹ ਖੁਰਲੀ ਸਫਾ ਦੀ ਗਈ ਹੈ ਭਲਾ ਕੁੱਤਰੇ ਪੱਠੇ ਚਾਹੋ ਤੋ ਅੱਛਾ ਉਹ ਪਾ ਦੇ ਸੀ ਨਾ ਅੱਛਾ ਅਗਰ ਕੋਈ ਦੋਸਤ ਨਾਲ ਸਫਾ ਨਹੀਂ ਕਰਨ ਦਾ ਬਲਾ ਕੋਈ ਮਸਲਾ ਨਹੀਂ ਬਣਦਾ ਨਾ ਉਹ ਜਾਨਵਰ ਖਾਰ ਕਰ ਵੇਂਦਾ ਤਾਂ ਨਹੀਂ ਖੰਦਾ ਖਾਰ ਕਰ ਵੇਂਦੇ ਹਾਂ ਮਤਲਬ ਕੋਈ ਬਿਮਾਰ ਵਗੈਰਾ ਤਾਂ ਨਹੀਂ ਥੀਂਦਾ ਉਹ ਥੀ ਵੇਂਦਾ ਪਿਸ਼ਾਬ ਹੋਵੇ ਤਾਂ ਲੱਗਦੀ ਆ ਪਿਆ ਵੇ ਮੰਗਣਿਆ ਪਿਆ ਵੇਂ ਹਾਂ ਜਾ ਅੱਛਾ ਤੂੰ ਮੈਂ ਬੇਰਸੋ ਇਹਨੇ ਕੋ ਕਿਸ ਕੈਸ ਟੈਸੋ ਕਿਹੜੀ ਗਿਜ਼ਾ ਹੈ ਮਕਾਈ ਹੈ ਮਕਾਈ ਹੈ ਹਾਂ ਅੱਛਾ ਇਹ ਕਿੰਨਾ ਮਕਾਈ ਇਹ 40 ਕਿਲੋ ਹੈ 20 ਜਾਨਵਰਾਂ ਦੀ 40 ਕਿਲੋ 20 ਜਾਨਵਰਾਂ ਦੀ ਹਾਂ ਅੱਛਾ ਸ਼ੌਕ ਨਾਲ ਖੰਦੇ ਨੇ ਇਹ ਦੇਖ ਤਾਂ ਸਾਹਮਣੇ ਖੰਦੇ ਖੜੇ देख रहे हो ना मेरे भाई आप ही इसी तरह मक्की वगैरह डालेंगे ना और ये भी जानवर शौक से खाएंगे यार टोटल कितने जानवर हैं 20 जानवर हैं और मक्की कितना है 40 किलो 40 किलो मक्की और 20 जानवर इनके पास खड़े हुए हैं ये अभी सिर्फ मक्की डाल रहा है यार इन्हें बगैर कोई और भी ਕਿਆ ਪੈਸਾ ਸ਼ਾਮੀ ਗੰਦਮ ਕਿਤਨਾ ਪੈਸਾ ਇਹਨਾਂ ਕੋ ਗੰਦਮ 20 ਜਾਨਵਰ ਹੈ ਨਾ ਹਾਂ ਇਹ ਤਕਰੀਬਨ ਇਹਨੇ ਕੋ ਪਾੜੇ ਸੋ 4 ਕਿਲੋ ਜਿੰਨਾ 4 ਕਿਲੋ ਨਾ ਗੰਦਮ ਪਾੜੇ ਸੋ ਨਾ ਅੱਛਾ ਦੇ ਕਿਤਨੇ ਟਾਈਮ ਦੇ ਮੈਂ ਖੁਸ਼ਕ ਗੰਦਮ ਪੈਦਾ ਜਾਂ ਭਿਗੋ ਕੇ ਕੀ ਮੈਂ ਨਾ ਖੁਸ਼ਕ ਖੁਸ਼ਕ ਫੇਰ ਜਾਨਵਰ ਕੋ ਕਿਤਨਾ ਦੇਸੋ ਜਾਂ ਖੁਰਲੇ ਖਿੰਡਾ ਕਰੇ ਸੋ ਖੁਰਲੀ ਹੈ ਇਹ ਖੁਰਲੀ ਦਾ ਹਿਸਾਬ ਬਿਲ ਕਿਤਨਾ ਕਿਹੜਾ ਜਾਨਵਰ ਕਿਤਨਾ ਖੰਦੇ ਉਹਦੇ ਮੁਤਾਬਕ ਉਹਦਾ ਮੁਤਾਬਕ ਸਾਰੇ ਖੰਦੇ ਰੱਲਾ ਕਰਕੇ ਅੱਛਾ ਬਿਲੜਦੇ ਬਿੜਦੇ ਤੇ ਨਹੀਂ ਨਾ ਨਾ ਇੱਕ ਠਹਿ ਕੇ ਥਾਂ ਤੇ ਖੰਦੇ ਨਾ ਇਹ ਸਾਰੇ ਕੁਜਰੇ ਮੱਕੀ ਹੈ ਨਾ ਸਾਰੇ ਹੁਣ ਜਾ ਸਾਡੇ ਤੋਂ ਨਾ ਇਹ ਸੱਟ ਕੇ ਸੋ ਖਾਵੇ ਸਨ ਇਹ ਖਾਵੇ ਸਨ ਹਾਂ ਇਹਦੇ ਬਾਅਦ ਜਦ ਮਗਰਬ ਦਾ ਟਾਈਮ ਥੀ ਵੇ ਤੇ ਭਲਾ ਇਹਨਾਂ ਨੂੰ ਦਾਣਾ ਪਾ ਦੇ ਸੋ ਸੈਕਿੰਡ ਟਾਈਮ ਕੋਈ ਪੈਂਦਾ ਜਾਂ ਨਾ ਸਵੇਲੇ ਨਾਲ ਹਾਂ ਉਹ ਪੈਂਦੇ ਰਹਿੰਦੇ ਆ ਟੋਕਾ ਆਪਣਾ ਨਹੀਂ ਸੋਰੀ ਕਿਆ ਉਹਨੇ ਤੁੜੀ ਚੌਕਰ ਤੁੜੀ ਚੌਕਰ ਹਾਂ ਸਵੇਰ ਸਵੇਰੇ ਜਦ ਮਾਲ ਕੱਟਦੇ ਸਟਾਰਟਿੰਗ ਦੇ ਆ ਜਾ ਉਹ ਸਟੈਂਦੇ ਰਹਿੰਦੇ ਆ ਉਹਦੇ ਬਾਅਦ ਉਹਦੇ ਬਾਅਦ ਵੀ ਜਦ ਜਾਨਵਰ ਕੋ ਵਿਲਾ ਕਰ ਦਿੰਦੇ ਆ ਉਹਦੇ ਬਾਅਦ ਪਾਣੀ ਦਿੰਦੇ ਆ ਪਾਣੀ ਦਿੰਦੇ ਵੇ ਆ ਪਾਣੀ ਅੱਛਾ ਸੈਕਿੰਡ ਟਾਈਮ ਫੇ ਸੈਕਿੰਡ ਟਾਈਮ ਕੋ ਅਗਰ ਪੱਠੇ ਪਾ ਦੂੰ ਨਾ ਪਾਉਂ ਤਾਂ ਮਸਲਾ ਕਹਿ ਨਹੀਂ ਇਹ ਜੇ ਲਾਜ਼ਮੀ ਪੱਠੇ ਦੇਵਣੇ ਅੱਛਾ ਹੁਣ ਇਹ ਮੱਕੀ ਸਨੇ ਪੇ ਮੱਕੀ ਬਾਸ ਤੇ ਦੋ ਗੰਦਮ 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 ਕਿਤਨਾ ਸੱਚਾ ਦੋ ਗੰਦਮ 4 ਕਿਲੋ ਜਿੰਨਾ ਪਾ 4 ਕਿਲੋ ਗੰਦਮ ਪਾ ਦੇਸੋ ਲੇਕਿਨ ਕਿਤਨਾ ਦੇਰ ਦੇ ਬਾਅਦ ਇਹ ਜਲੇ ਖਾ ਕੇ ਇਨਸਾਨ ਤਕਰੀਬਨ ਅਦਾਨਾ ਆਵਾਜ਼ ਸ਼ੁਰੂ ਥੀ ਰਤਨ ਮਲਾ ਘੰਟੇ ਦੇ ਬਾਅਦ 1 ਘੰਟੇ ਬਾਅਦ ਇਹ ਸਾ ਕੋਲੇ ਸੋਨਾ 2 ਘੰਟੇ ਦੇ ਬਾਅਦ ਇਹ ਪੱਠੇ ਪਾ ਕੇ 2 ਘੰਟੇ ਬਾਅਦ ਗੰਦਮ ਪਾ ਦੇ ਸੋ ਗੰਦਮ ਪਾ ਦੇ ਗੰਦਮ ਖੁਸ਼ਕ ਹਾਂ ਅੱਛਾ ਉਹਦੇ ਬਾਅਦ ਕੀ ਅਗਰ ਪਾਣੀ ਪਿਲਾਉਣ ਚਾਹੀਦਾ ਨਹੀਂ ਪਿਲਾਉਣ ਚਾਹੀਦਾ ਨਾ ਨਾ ਪਾਣੀ ਨਾ
पानी नहीं पिलाना पानी ना, वो जानवर अपना अपना वैसे चल बहा से गली कर खत्म करे थी। अच्छा हाँ, पानी सुबह पिलाना पोसी पानी चल सुबह चल काट लेना थोड़ी चौकर पा के उन्हें बाद पानी देवने। अच्छा पानी तारे फिर जानवर। अच्छा मतलब हम एक टाइम में पानी छुट्टी छुट्टी पानी पीना पी के देना। ठीक है ना, मतलब मकई भी खंदे पे मकई भी इसमें पानी है। अब ये पानी है अपने गदा पूरी करन इन्हें नखरा का नहीं था जैसे पानी ने। अच्छा इन्हें बकरे की बच्ची हुई गदा होवे कहीं शायद होवे खावे ये अपना पेट भरना होने इन्हें। खाली सिर्फ चरांद कराओ चरांद थी सकती है चरांद ही थी सकती है चरांद ते वेना तो खुश थी ना जानवर। अच्छा अगर चरांद होवे इतना है कि थई कना चरांद हर पास आबादी थी गई है देख सकते हो चधारो हर की ना फसल है जरा ने कटी सन वलाई ने को घेन में तो मला घेन में से। हां चला। अच्छा यार तू ये रसा तू मुंदर तो माशाल्लाह तने हर सहस देन लगने हैं लेकिन इन्हें मुके रसा खीर हैं डुंदन क्या है ने सारे खीर हैं ए ई तरमदान दबा डुंदा थी सने रमजान दबा डुंदा थी वैसे ने ए लेकिन तू सेल करना चाह नहीं। हां सेल करना चाहता हूं मैं। अच्छा पहले जितना भी मुंदर तो दिखे दिखा लेने सब डेशन है ओत तेरे के तगन सेल सेल वही टाइम तेरे ने मुंदर क्या है ए नमे मुंदर तू क्या तेरी अपनी कोई ब्रिज है क्या है तू देहात जो गुले नहीं कितो गुले नहीं देहात जो गोल ने एक एक पिंडा थावा में जो भंजना पनो उठा। अच्छा उड़ाओ घेन दे हां। अच्छा ए कितना होना ई टाइम तने कितना आदर ई टाइम तू तो ए अपने मैं अपने विचारा पे भेड़े ने। हां ए जरे खड़े उमे जगह अगर गोलन पे वजो तो वो पिंडा थावा जो वो मोक वजन जरे ले। हां अपने भेड़े ने सही भला था उड़े वजना पे पिंडा थावा पिंडा वजना पे। अच्छा इने अलावा कोई और किस्म के जानवर खड़े ने। हां इने अलावा भेड़ा खड़े ने था मुंदरा भेड़ा ने मुंदरे ले ले बकरे भी खड़े ने बकरे भी खड़े ने। ठीक है अगर कोई जानवर अगर कोई दाने खा में गंदम खा में कि मोशन लग में ला उन्हें क्या गिजा करने की क्या इलाज करना पड़े कढ़न उन्हें मोशन निकलना दाने जरा निकल वेसन। अच्छा अगर बाद का जानवर बंद थी में उन्हें नाले बिले मिक्सर पिलाओ हाजमा उन्हें टाइट रहे में। अच्छा हाजमा ठीक रहे में हाजमा हाजमा मिक्स कर उन्हें और इलाज उन्हें मिक्स कर उन्हें और दरेची अगर दाने कटदा पे कढ़न दो। तेरा मोबाइल नंबर है। मोबाइल नंबर क्या मोबाइल नंबर कहीं तेरा 28,500 रुपया। अच्छा कोई तेरा दोस्त वाला रब्ता करना चाहिए क्या यूसुफ भाई ना रब्ता करें यूसुफ भाई आपने भाई को मिलवे ना मेहमान ना 28,500 की रेट मुनासिब करे से कहने करे से करे तो 50 मुंदरा खड़े ही टाइम तक कितने तक फाइनल करे से और बाद है जे मैं ऑक्शन भाई ऑक्शन बात भी थी वे कमी पेशी काट दे तो कोई मसला नहीं बार्गेन से पक्की गाल है पक्की गाल है। अच्छा मेरे भाई ये बता रहे ना कमी पेशी भी कर लेंगे जो लेना चाहते है ना वो अपनी मर्जी अगर कोई अपनी मर्जी लेना चाहते हो क्या रेट होती है इको रेट होती है कोई वो एक एक दाल है तो वखरा रेट इतना फर्क हो सी इतना फर्क हो सी। अच्छा मेरे भाई आप आएंगे ना इंशाल्लाह ये मुनासिब भी कर लेगा जितना भी मुंदरे आपको चाहिए होंगे ना लेकिन रेट मुनासिब यूसुफ भाई ना रابطہ करे यूसुफ भाई वाला मैं को देना रहा था मेहमान जरे अंदर मैं यूसुफ भाई के अंदर ही था। ठीक है मेरे भाई यूसुफ भाई पूछे ने ठीक तू सा भाई ये सारे मुंदरे जरे तो सारे इकट्ठे बेच दे था मैं कट्ठे बेच रहे थे मुनासिब कर रहे थे मुनासिब कर लेकिन मेहमान औसम दूर के ने यार मैं पता है आगे खाली वाले में ना पक्की गाल है यार। ठीक अल्लाह खैर करे थे हवा जरूर हमें जरूर। हाँ हमें जरूर मैं यार देखे ना मेरा यूट्यूब चैनल लोग ज़्यादा सब्सक्राइब नहीं कर रहे ना कोई बारे में मेरे भाइयों को कोई कमेंट करना कोई मैसेज कर ये दम यूट्यूब चैनल को। हाँ बेस कह रहा तुम्हारा यूट्यूब चैनल को सब्सक्राइब लाइक करो ये निशान है भाई। ठीक है मेरे भाई आप अगर मुंदरे लेना चाहते हैं आप आ जाए और इस भाई के पास मुंदरे खड़े हुए हैं जितना भी आपको चाहिए उतना आपको मिल जाएंगे मुनासिब मिल जाएंगे। और पिछले वाले कैमरे को दिखा लेना कोई केदे केदे मुंदरे हैं। ठीक है यार अगले कैमरे ना सही है लेकिन अगले कैमरा डालते यही होना है लेकिन जूमिंग के नाम बच्चे ये चीज़ साफ सुथरी लेना देना नसीब की बात है। माशाल्लाह यार तेरे ले ले बड़े उम्र क्या है एज क्या है 10 महीने को रख 11 महीने तक 11 महीने दे मुंदरे घाट के घाट 8 महीने वाला मुंदरा यार रेट पे वाला तेरा मुनासिब है। हां देख ले ले बड़े बड़े माशाल्लाह लाट तक दिखा ले मैं देख। ठीक है भैया अगर आपने हमारा YouTube अगर एंगा मंडी से कहीं भी जाते इतना दे मंदा है ये रे ये जानवर रे सही है। अगर कोई कार्गो करवाना चाहे कार्गो कर ले से वो क्या होती है कार्गो भेजने वास्ते गाड़ी से। हां कार्गो क्या होती है कार्गो भेजने वास्ते भेजे से कहना किधे कोई शहर है फैसलाबाद गुजरात सियाल को कहीं शहर जी वो नाव सुना आप ना वो आप नाम है ता वाला मैं भेज देता वाला पैसे टूटे थे पैसे मैं भेज दी कौन ठीक है ठीक है पक्की गाल है। हां पक्की गाल है। ठीक है मेरे भाई अगर आपने हमारा YouTube चैनल बिस्मिल्लाह गो फार्म सब्सक्राइब नहीं किया आप सब्सक्राइब करें साथ ही घंटे के निशान को प्रेस करें तो मजेदार वीडियो मैं अपने दोस्तों को तस्वीर से दिखाता हूँ। ठीक है मेरे भाई हमें दीजिए इजाज़त ओके अल्लाह हाफिज़।